हाँ जी वीर जी, सत श्री अकाल। अमेरिका जाने वास्ते 33-33 लाख रुपये च गल की सी। 20 जने से असी रह गए, 5-6 जने कुछ तो बेचारे जंगलों 'च रह गए। बुरा हाल जे सानू इन्हें कहा कि अं मैक्सीको तुम फ्लैट राही पहुँचावे, जंगलों 'च लई फिरते सानू तो यह भी नहीं पता किहड़े जंगल आ, किधर दे किधर। अज 10-10 दिन हो गए रोटी पानी तो बड़ा मंदा हाल। दारा भी मैं तो भुल के कहना कि इतने रुखी मिसी खा लियो, अमेरिका अमूरका जाने वाला सुपने ना लो, जाना तो 1 नंबर के जाओ, आइलेट्स वगैरह करके जंगलों जुगलों बेचती ना जाओ, साढ़े को मरे मुरे जाओ जी। बड़ा मंदा हाल जी, अही कन्ना हाथ लाने इस चीज़ दोबारा ना पियो जी। किन्ने जने सी आपां वीरे दस्सां आपां वीरे? घट्टो घट 20 जने सी। सानू एक पहला विखाया पता नहीं कित्थों दा, अफसीज अफरीका दा, एक तो वह लई फिरदा ना, उहदी सानू बोली समझ आउंदी आ ना, उहनू कोई रोटी पानी दा कहिंदे, उह कंजरा गो मारदा फिर चुप करे तुर पैंदे। बड़ा मंदा हाल आ, कई विच लाशां तुरियां फिरदियां, अगे जंगली जानवर आ, पता नहीं लगता की हुंदा पिया की नहीं, पता नहीं सानू किधर जाणा किधर नहीं जाणा, ना कुछ मूंह सिर दिसदा। सानू ना एक वीरे डौंकर सी जिहड़े मतलब लीड करदे ने, ਉਹ ਸਾਨੂੰ 2 ਜਣੇ ਸੀ, ਉਹ ਇੱਥੇ ਲੜ ਲੁੜ ਪਏ ਸਾਡੇ ਕਿਸੇ ਮੁੰਡੇ ਨਾਲ, ਉਹ ਅੱਗੇ ਨੂੰ ਭੱਜ ਗਏ ਆ, ਉਹ 2 ਜਣੇ ਸਾਡੇ ਨਾਲ ਦੇ ਉਹ ਬੈਠੇ ਵਿਚਾਰੇ ਹੈ ਨਾ, ਅਤੇ ਹੁਣ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਜੰਗਲ ਦੇ ਵਿੱਚ ਹਾਂ ਅਤੇ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ। ਕੱਢ ਲਓ। ਅਤੇ ਤੁਸੀਂ ਵੀਰ ਜੀ ਕਿੰਨੇ ਪੈਸੇ ਦਿੱਤੇ ਸੀ? 33 ਲੱਖ ਰੁਪਈਆ ਜੀ, ਹਰਿਆਣੇ 'ਚੋਂ। ਅਤੇ ਉਹ 2 ਮੇਰ ਵੀਰ ਹਰਿਆਣੇ 'ਚੋਂ ਆਏ ਹੋਏ ਨੇ, ਉਹ ਪਰ ਕਰਨਾਲ ਦੇ ਵਿੱਚੋਂ ਆ, ਆਹ ਅੰਬਾਲੇ ਤੋਂ ਆ, ਆਹ ਮੂੰਹ ਸੁੱਟ ਕੁਛ ਬੈਠਾ, ਇਹਦਾ ਪਰਿਵਾਰ ਵੀ ਪਿੱਛੇ ਪਤਾ ਨਹੀਂ ਰਹਿ ਗਿਆ, ਤਾਂ ਬਾਹਲਾ ਮੰਦਾ ਵਾਲਾ ਰੋਈ ਜਾਂਦਾ, ਬੁਰਾ ਪਾਣੀ ਪਹੁੰਚਣਾ ਕਿ ਨਹੀਂ ਪਹੁੰਚਣਾ, ਕੀ ਹਾਲ ਹੋਇਆ ਪਿਆ ਇਹਨਾਂ ਦਾ? ਇਹ ਇਕੱਲਾ ਇਕੱਲਾ ਸੀ ਵਿਚਾਰਾ, ਅਤੇ 33-34 ਲੱਖ ਰੁਪਈਆ ਇਹਨੇ ਲਾਇਆ, ਵੀ ਉਹ ਵੀ ਇਹਦਾ ਸਿਰ 'ਤੇ ਨਹੀਂ, ਪਿੱਛੇ ਡੈਥ ਹੋਈ ਆ। ਅਤੇ ਕਿਉਂਕਿ ਹਰ ਇੱਕ ਨੂੰ ਹੁੰਦਾ ਯਾਰ ਵੀ ਅਸੀਂ ਜ਼ਿੰਦਗੀ 'ਚ ਅੱਗੇ ਵਧੀਏ ਹੈ ਨਾ, 4 ਪੈਸੇ ਕਮਾਈਏ, ਅਤੇ ਬਸ ਇਹਨੂੰ ਨਹੀਂ ਪਤਾ ਸੀ ਵਿਚਾਰੇ ਨੂੰ ਵੀ ਇਹਨੇ ਸਾਨੂੰ ਇੱਦਾਂ ਜੰਗਲਾਂ 'ਚ ਧੱਕੇ ਖਾਣੇ ਪੈਣੇ ਆ, ਕਿਉਂਕਿ ਏਜੰਟੋ ਤੋਂ ਕਹਿੰਦੇ ਹੋਰ ਆ, ਅਤੇ ਬਾਅਦ 'ਚ ਕਰਦੇ ਕੁਛ ਹੋਰ ਆ, ਹੈ ਨਾ। ਬਸ ਬਸ ਕੋਈ ਨਹੀਂ ਵੀਰੇ, ਜੋ ਹੋ ਗਿਆ ਕੋਈ ਨਹੀਂ। ਉਹ 2 ਜਣੇ ਉਹ ਬੈਠੇ, ਇੱਕ ਤਾਂ ਚੱਲ ਅਸੀਂ ਤਾਂ ਸਾਡੀ 30-32 ਸਾਲ ਉਮਰ ਆ, ਉਹ ਇੱਕ ਸਾਡੇ 'ਚ ਬਜ਼ੁਰਗ ਆ 50-60 ਸਾਲ ਦਾ, ਉਹ ਵਿਚਾਰਾ ਬਾਪੂ ਪਤਾ ਨਹੀਂ ਕੀ ਸੋਚ ਕੇ ਹੈ ਨਾ, ਵੀ ਘਰੋਂ ਕਿੰਨਾ ਕੁ ਦੁਖੀ ਹੋਊਗਾ ਵਿਚਾਰਾ। ਪੈਸੇ ਵੀ ਸਾਰੇ ਸਾਡੇ ਤੋਂ ਪਹਿਲਾਂ ਲੈ ਲਿਆ, ਖਾਣ ਪੀਣ ਜੋਗੇ ਪੈਸੇ ਵੀ ਹੈ ਨਹੀਂ, ਗਾ ਪਤਾ ਨਹੀਂ ਕਿਹੜੇ ਪਾਸੇ ਨੂੰ ਜਾਣਾ, ਕੀ ਕਰਨਾ, ਨਾ ਕੋਈ ਭਾਸ਼ਾ ਦਾ ਪਤਾ, ਨਾ ਕੋਈ ਰਸਤੇ ਦਾ ਪਤਾ, ਪਤਾ ਨਹੀਂ ਸਿਰੇ